ਤੋ ਹਸਨੇ ਆ ਤੁਸੀਂ ਸ਼ਾਇਦ ਹੱਸ ਲਓ ਸੁਣਾ ਦਿਓ ਨਹੀਂ ਫਿਰ ਇੱਕ ਜੋਕ ਤੁਸੀਂ ਵੀ ਸੁਣਾਓਗੇ ਤਾਂ ਕਿ ਡਿਸਾਈਡ ਹੋਏ ਕਿ ਕੌਣ ਕਿਹਦਾ ਜੋਕ ਵਧੀਆ ਸੀ ਬਜ਼ੁਰਗ ਦੇ ਉੱਤੇ ਡਿੱਗ ਗਈ ਤਾਂ ਬਜ਼ੁਰਗ ਮਰ ਗਿਆ ਤੇ ਲੇਡੀ ਸਾਰਿਆਂ ਫਿਰ ਤਾਂ ਹੱਸ ਲਓ ਬਈ ਉਹ ਕੀ ਕਹਿਣਗੇ ਕਿ ਸਾਡੇ ਪਾਪਾ ਤੇ ਲੇਡੀ ਡਿੱਗ ਗਈ ਹੈਲੋ ਗਾਇਸ ਹੈਲੋ ਸਾਡੀ ਫਿਲਮ ਆ ਰਹੀ ਹੈ ਵੈਡਨਸਡੇ ਹੁਣੇ ਹੁਣੇ ਮੈਨੂੰ ਸਰਗੁਣ ਜੀ ਨੇ ਦੋ ਜੋਕ ਸੁਣਾਏ ਆ ਇਹ ਤੁਹਾਨੂੰ ਦੋਨੇ ਸੁਣਾਉਣਗੇ ਮੈਨੂੰ ਤਾਂ ਹੱਸਣੇ ਆ ਤੁਸੀਂ ਸ਼ਾਇਦ ਹੱਸ ਲਓ ਸੁਣਾ ਦਿਓ ਨਹੀਂ ਫਿਰ ਇੱਕ ਜੋਕ ਤੁਸੀਂ ਵੀ ਸੁਣਾਓਗੇ ਤਾਂ ਕਿ ਡਿਸਾਈਡ ਹੋਏ ਕਿ ਕੌਣ ਕਿਹਦਾ ਜੋਕ ਵਧੀਆ ਸੀ ਹਾਂ ਸੁਣਾ ਦਿਓ ਠੀਕ ਆ ਓਕੇ ਮੇਰਾ ਪਹਿਲਾ ਜੋਕ ਓਕੇ ਇੱਕ ਵਾਰੀ ਇੱਕ ਬੁਆਏਫ੍ਰੈਂਡ ਕਿੰਨਾ ਸੀਰੀਅਸਲੀ ਸੁਣਾ ਰਹੀ ਇੱਕ ਵਾਰੀ ਇੱਕ ਬੁਆਏਫ੍ਰੈਂਡ ਨਹੀਂ ਪਹਿਲਾਂ ਉਹ ਗੱਲ ਸੁਣਾ ਜਿਹੜਾ ਬੰਦਾ ਨਹੀਂ ਯਾਰ ਉਹ ਤਾਂ ਲੋਕਾਂ ਨੇ ਕਹਿਣਾ ਕਿ ਨਹੀਂ 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 ਜੀ ਉਹਨੂੰ ਚੁਟਕਲਾ ਸੁਣਾ ਕੇ ਸੁਣਾ ਦਿਓ ਅੱਛਾ ਇੱਕ ਵਾਰੀ ਨਾ ਇੱਕ ਬੰਦਾ ਨਾ ਬੁੱਢਾ ਜਿਹਾ ਬੰਦਾ ਸ਼ਾਮੀ ਵਾਕ ਤੇ ਜਾ ਰਿਹਾ ਹੁੰਦਾ ਹੈਨਾ ਤੇ ਉਹ ਵਾਕ ਕਰ ਰਿਹਾ ਹੁੰਦਾ ਬਜ਼ੁਰਗ ਬਜ਼ੁਰਗ ਬੰਦਾ ਵਾਕ ਤੇ ਜਾ ਰਿਹਾ ਠੀਕ ਹੈ ਤੇ ਉਸੇ ਬਿਲਡਿੰਗ ਚ ਉੱਤੇ 15ਵੇਂ ਫਲੋਰ ਤੇ ਇੱਕ ਲੇਡੀ ਰਹਿੰਦੀ ਆ ਜਿਹਨੇ ਗੁੱਸੇ ਚ ਆ ਕੇ ਉੱਤੋਂ ਛਲਾਂਗ ਲਾਤੀ ਤਾਂ ਉਹ ਬਜ਼ੁਰਗ ਦੇ ਉੱਤੇ ਡਿੱਗ ਗਈ ਤਾਂ ਉਹ ਬਜ਼ੁਰਗ ਮਰ ਗਿਆ ਤੇ ਲੇਡੀ दूसरा सुना लो अच्छा एक ਵਾਰੀ ਨਾ ਇੱਕ ਬੁਆਏਫ੍ਰੈਂਡ ਤੇ ਗਰਲਫ੍ਰੈਂਡ ਫੋਨ ਤੇ ਗੱਲ ਕਰ ਰਹੇ ਹੁੰਦੇ ਠੀਕ ਆ ਤੇ ਉਹ ਗੱਲ ਕਰਦੇ ਕਹਿੰਦੇ ਬੇਬੀ ਤੁਸੀਂ ਕੀ ਕਰ ਰਹੇ ਹੋ ਬੁੱਬੂ ਤੂੰ ਕੀ ਕਰ ਰਿਹਾ ਮਿੱਠੇ ਤੂੰ ਕੀ ਕਰ ਰਿਹਾ ਕਹਿੰਦਾ ਕੁਛ ਨਹੀਂ ਮਿੱਠੇ ਕਹਿੰਦੀ ਫਿਰ ਕੱਲ ਦਾ ਕੀ ਪਲਾਨ ਹੈ ਕਹਿੰਦਾ ਕੱਲ ਮੇਰੇ ਘਰੇ ਕੋਈ ਨਹੀਂ ਕਹਿੰਦੀ ਹਾਂ ਬੁੱਬੂ ਹੂੰ ਬੁੱਬੂ ਕਰਕੇ ਫੋਨ ਰੱਖ ਦਿੰਦੇ ਅਗਲੇ ਸਵੇਰੇ ਹੋ ਜਾਂਦੀ ਹੈ ਨਾ ਜਾਂਦੀ ਉਹਦੇ ਘਰੇ ਹਨਾ ਫਲਾਵਰਸ ਤੇ ਕੇਕ ਵਗੈਰਾ ਲੈ ਕੇ ਘੰਟੀ ਵਜਾਉਂਦੇ ਕੋਈ ਖੋਲਦਾ ਨਹੀਂ ਫਿਰ ਉਹਨੂੰ ਫੋਨ ਕਰਦੀ ਕਿਤੇ ਕਿੱਥੇ ਹੋ ਕਹਿੰਦਾ ਮੈਂ ਦੱਸਿਆ ਸੀ ਨਾ ਮੇਰੇ ਘਰ ਕੋਈ ਨਹੀਂ ਅੱਜ ਹੁਣ ਹੱਸ ਲਈਏ ਅਸੀਂ ਆ ਚੁਟਕਲੇ ਯਾਰ ਦੱਸ ਮੈਂ ਹੈਰਾਨ ਹੋ ਗਿਆ ਮੈਂ ਚੰਡੀਗੜ੍ਹ ਪੜੇ ਨਾ ਤੁਸੀਂ ਪਹਿਲੇ ਤੁਸੀਂ ਆਪਣੇ ਚੰਡੀਗੜ੍ਹ ਪੜੇ ਮੈਂ ਤੁਸੀਂ ਆਪਣੇ ਨਾਲ ਚੰਡੀਗੜ੍ਹ ਵਾਲੇ ਚੁਟਕਲੇ ਜੇ ਤੁਸੀਂ ਰੀਅਲ ਹੱਸਣਾ ਚਾਹ ਰਹੇ ਹੋ ਫਿਰ ਸਾਡੀ ਫਿਲਮ ਦੇਖੋ ਬਾਬੇ ਭੰਗੜਾ ਪਾਉਂਦੇ ਨੇ ਇਦਾਂ ਦੇ ਆਪਣਾ ਜੋਕ ਇਹਨਾਂ ਦਾ ਜੋਕ ਪਤਾ ਕੀ ਸੀ ਇਦਾਂ ਦੇ ਕੋਈ ਵੀ ਸੈਡ ਜੋਕ ਤੁਹਾਨੂੰ ਤੇ ਸੁਣਨ ਨੂੰ ਨਹੀਂ ਮਿਲਣਗੇ ਤੁਸੀਂ ਆਪਣੀ ਹੈਲੋ ਗਾਇਸ ਹੈਲੋ ਸਾਡੀ ਫਿਲਮ ਆ ਰਹੀ ਹੈ ਵੈਡਨਸਡੇ ਹੁਣੇ ਹੁਣੇ ਮੈਨੂੰ ਸਰਗੁਣ ਜੀ ਨੇ ਦੋ ਜੋਕ ਸੁਣਾਏ ਆ ਇਹ ਤੁਹਾਨੂੰ ਦੋਨੇ ਸੁਣਾਉਣਗੇ ਮੈਨੂੰ ਤਾਂ ਹੱਸਣੇ ਆ ਤੁਸੀਂ ਸ਼ਾਇਦ ਹੱਸ ਲਓ ਸੁਣਾ ਦਿਓ ਨਹੀਂ ਫਿਰ ਇੱਕ ਜੋਕ ਤੁਸੀਂ ਵੀ ਸੁਣਾਓਗੇ ਤਾਂ ਕਿ ਡਿਸਾਈਡ ਹੋਏ ਕਿ ਕੌਣ ਕਿਹਦਾ ਜੋਕ ਵਧੀਆ ਸੀ ਹਾਂ ਸੁਣਾ ਦਿਓ ਠੀਕ ਆ ਓਕੇ ਮੇਰਾ ਪਹਿਲਾ ਜੋਕ ਓਕੇ ਇੱਕ ਵਾਰੀ ਇੱਕ ਬੁਆਏਫ੍ਰੈਂਡ ਕਿੰਨਾ ਸੀਰੀਅਸਲੀ ਸੁਣਾ ਰਹੀ ਇੱਕ ਵਾਰੀ ਇੱਕ ਬੁਆਏਫ੍ਰੈਂਡ ਨਹੀਂ ਪਹਿਲਾਂ ਉਹ ਗੱਲ ਸੁਣਾ ਜਿਹੜਾ ਬੰਦਾ ਨਹੀਂ ਯਾਰ ਉਹ ਤਾਂ ਲੋਕਾਂ ਨੇ ਕਹਿਣਾ ਕਿ ਨਹੀਂ 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 ਤੂੰ ਉਹਨੂੰ ਚੁਟਕਲਾ ਸੁਣਾ ਕੇ ਸੁਣਾ ਦਿਓ ਅੱਛਾ ਇੱਕ ਵਾਰੀ ਨਾ ਇੱਕ ਬੰਦਾ ਨਾ ਬੁੱਢਾ ਜਿਹਾ ਬੰਦਾ ਸ਼ਾਮੀ ਵਾਕ ਤੇ ਜਾ ਰਿਹਾ ਹੁੰਦਾ ਹੈਨਾ ਤੇ ਉਹ ਵਾਕ ਕਰ ਰਿਹਾ ਹੁੰਦਾ ਬਜ਼ੁਰਗ ਬਜ਼ੁਰਗ ਬੰਦਾ ਵਾਕ ਤੇ ਜਾ ਰਿਹਾ ਠੀਕ ਹੈ ਤੇ ਉਸੇ ਬਿਲਡਿੰਗ ਚ ਉੱਤੇ 15ਵੇਂ ਫਲੋਰ ਤੇ ਇੱਕ ਲੇਡੀ ਰਹਿੰਦੀ ਆ ਜਿਹਨੇ ਗੁੱਸੇ ਚ ਆ ਕੇ ਉੱਤੋਂ ਛਲਾਂਗ ਲਾਤੀ ਤਾਂ ਉਹ ਬਜ਼ੁਰਗ ਦੇ ਉੱਤੇ ਡਿੱਗ ਗਈ ਤਾਂ ਉਹ ਬਜ਼ੁਰਗ ਮਰ ਗਿਆ ਤੇ ਲੇਡੀ ਇੱਕ ਬੁਆਏਫ੍ਰੈਂਡ ਤੇ ਗਰਲਫ੍ਰੈਂਡ ਫੋਨ ਤੇ ਗੱਲ ਕਰ ਰਹੇ ਹੁੰਦੇ ਠੀਕ ਆ ਤੇ ਉਹ ਗੱਲ ਕਰਦੇ ਕਹਿੰਦੇ ਬੇਬੀ ਤੁਸੀਂ ਕੀ ਕਰ ਰਹੇ ਹੋ ਬੁੱਬੂ ਤੂੰ ਕੀ ਕਰ ਰਿਹਾ ਮਿੱਠੇ ਤੂੰ ਕੀ ਕਰ ਰਿਹਾ ਕਹਿੰਦਾ ਕੁਛ ਨਹੀਂ ਮਿੱਠੇ ਕਹਿੰਦੀ ਫਿਰ ਕੱਲ ਦਾ ਕੀ ਪਲਾਨ ਹੈ ਕਹਿੰਦਾ ਕੱਲ ਮੇਰੇ ਘਰੇ ਕੋਈ ਨਹੀਂ ਕਹਿੰਦੀ ਹਾਂ ਬੁੱਬੂ ਹੂੰ ਬੁੱਬੂ ਕਰਕੇ ਫੋਨ ਰੱਖ ਦਿੰਦੇ ਅਗਲੇ ਸਵੇਰੇ ਹੋ ਜਾਂਦੀ ਹੈ ਨਾ ਜਾਂਦੀ ਉਹਦੇ ਘਰੇ ਹਨਾ ਫਲਾਵਰਸ ਤੇ ਕੇਕ ਵਗੈਰਾ ਲੈ ਕੇ ਘੰਟੀ ਵਜਾਉਂਦੇ ਕੋਈ ਖੋਲਦਾ ਨਹੀਂ ਫਿਰ ਉਹਨੂੰ ਫੋਨ ਕਰਦੀ ਕਿਤੇ ਕਿੱਥੇ ਹੋ ਕਹਿੰਦਾ ਮੈਂ ਦੱਸਿਆ ਸੀ ਨਾ ਮੇਰੇ ਘਰ ਕੋਈ ਨਹੀਂ ਅੱਜ ਹੁਣ ਹੱਸ ਲਈਏ ਅਸੀਂ ਆ ਚੁਟਕਲੇ ਯਾਰ ਦੱਸ ਮੈਂ ਹੈਰਾਨ ਹੋ ਗਿਆ ਮੈਂ ਚੰਡੀਗੜ੍ਹ ਪੜੇ ਨਾ ਤੁਸੀਂ ਪਹਿਲੇ ਤੁਸੀਂ ਆਪਣੇ ਚੰਡੀਗੜ੍ਹ ਪੜੇ ਮੈਂ ਤੁਸੀਂ ਆਪਣੇ ਨਾਲ ਚੰਡੀਗੜ੍ਹ ਵਾਲੇ ਚੁਟਕਲੇ ਜੇ ਤੁਸੀਂ ਰੀਅਲ ਹੱਸਣਾ ਚਾਹ ਰਹੇ ਹੋ ਫਿਰ ਸਾਡੀ ਫਿਲਮ ਦੇਖੋ ਬਾਬੇ ਭੰਗੜਾ ਪਾਉਂਦੇ ਨੇ ਇਦਾਂ ਦੇ ਆਪਣਾ ਜੋਕ ਇਹਨਾਂ ਦਾ ਜੋਕ ਪਤਾ ਕੀ ਸੀ ਇਦਾਂ ਦੇ ਕੋਈ ਵੀ ਸੈਡ ਜੋਕ ਤੁਹਾਨੂੰ ਤੇ ਸੁਣਨ ਨੂੰ ਨਹੀਂ ਮਿਲਣਗੇ ਤੁਸੀਂ ਆਪਣੀ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ